ਅੱਜ ਪ੍ਰੈਸ ਕਾਨਫਰੰਸ ਤੁਸੀਂ ਕਰ ਰਹੇ ਹੋ ਉਸਦੇ ਬਾਰੇ ਤੁਸੀਂ ਜਾਣਕਾਰੀ ਦਿਓ। ਇਹ ਸਿਮਰਨਜੀਤ ਸਿੰਘ ਲੜਕਾ ਮੇਰਾ ਸਟੂਡੈਂਟ ਮੇਰੇ ਕੋਲ ਖੇਡਦਾ ਸੀਗਾ ਜੀ। 7 ਸਾਲ ਦੇ ਕਰੀਬ ਖੇਲਿਆ ਇੱਥੇ ਮੋਹਾਲੀ ਤੋਂ, ਡਿਸਟ੍ਰਿਕਟ ਵੀ ਖੇਲਿਆ, ਸਟੇਟ ਵੀ ਖੇਲਿਆ। ਫਿਰ ਉਹ ਆਇਰਲੈਂਡ ਮੂਵ ਕਰ ਗਿਆ ਸੀਗਾ ਅਤੇ ਉੱਥੇ ਜਾ ਕੇ ਫਿਰ ਉਹ ਉੱਥੇ ਖੇਲਿਆ, ਉੱਥੇ ਉਹਨੇ ਕਾਫੀ ਅੱਛਾ ਪਰਫੋਰਮ ਕੀਤਾ ਔਰ ਉਸ ਤੋਂ ਬਾਅਦ ਫਿਰ ਉਹਨੂੰ ਉੱਥੋਂ ਮੌਕਾ ਮਿਲਿਆ ਖੇਲਣ ਦਾ। ਹੁਣ ਅੱਜ ਦੀ ਡੇਟ 'ਚ ਆਇਰਲੈਂਡ ਤੋਂ ਉਹ ਖੇਡ ਰਿਹਾ ਅਤੇ ਮੇਰੀ ਫਿਰ ਉਹਦੇ ਨਾਲ ਗੱਲਬਾਤ ਹੁੰਦੀ ਰਹਿੰਦੀ ਸੀਗੀ ਅਤੇ ਉਹਨੇ ਫਿਰ ਮੇਰੇ ਨਾਲ ਕੁਛ ਗੱਲਾਂ ਆਪਣੀ ਗੇਮ ਨੂੰ ਲੈ ਕੇ ਕੀਤੀਆਂ ਕਿ ਜਿਸ 'ਚ ਉਹਨੂੰ ਲੱਗ ਰਿਹਾ ਮੈਨੂੰ ਕੁਛ ਕਮੀਆਂ ਫੀਲ ਹੋ ਰਹੀਆਂ ਅਤੇ ਮੈਂ ਉਹਨੂੰ ਫਿਰ ਉਸਦੇ ਬਾਰੇ ਡਿਸਕਸ ਕੀਤਾ। ਉਹ ਕਹਿੰਦਾ ਮੈਂ ਕੁਛ ਸਮਾਂ ਕੱਢ ਕੇ ਫਿਰ ਮੈਂ ਤੁਹਾਡੇ ਕੋਲ ਆਉਣਾ ਚਾਹੁੰਦਾ ਪ੍ਰੈਕਟਿਸ ਲਈ ਅਤੇ ਉਹ ਅੱਜ ਕੱਲ੍ਹ ਇੱਥੇ ਮੇਰੇ ਕੋਲ ਟ੍ਰੇਨਿੰਗ ਲਈ ਆਇਆ ਹੋਇਆ ਅਤੇ ਮੈਂ ਉਹਨੂੰ ਟ੍ਰੇਨ ਕਰ ਰਿਹਾ ਫਰਦਰ ਟ੍ਰੇਨਿੰਗ ਲਈ ਜੀ। ਕਿੰਨਾ ਸਟੂਡੈਂਟ ਤੁਸੀਂ ਤਿਆਰ ਕੀਤੇ ਹੋ? ਮੇਰੇ ਕਾਫੀ ਲੜਕੇ ਖੇਡ ਚੁੱਕੇ ਆ, ਗੋਨੀ ਇੰਟਰਨੈਸ਼ਨਲ ਖੇਡ ਗਿਆ, ਗੁਰਕੀਰਤ ਮਾਨ, ਵਰਿੰਦਰ ਸਰਾਂ ਔਰ ਸਨੀ ਸੋਲ ਜੂਨੀਅਰ ਇੰਡੀਆ ਖੇਡਿਆ ਸੀ IPL ਰਾਂਝੀ ਟਰਾਫੀ ਔਰ ਅੱਜ ਕੱਲ੍ਹ ਅਮੈਰੀਕਾ ਖੇਡ ਰਿਹਾ। ਉਹ ਨਵਨੀਤ ਸਿੰਘ ਹੈ, ਕੈਨੇਡਾ ਤੋਂ ਖੇਡ ਰਿਹਾ, ਉਹ ਵੀ ਵਰਲਡ ਕੱਪ ਲਈ ਕੁਆਲੀਫਾਈ ਹੋਇਆ, ਉਹਦੇ 'ਚ ਖੇਡ ਰਿਹਾ। ਉਹ ਇਸ ਤਰ੍ਹਾਂ ਕਾਫੀ ਲੜਕੇ ਜੂਨੀਅਰ ਖੇਡ ਗਏ, ਰਾਂਝੀ ਟਰਾਫੀ ਖੇਡੇ ਹੈ, ਹਰਮੀਤ ਸਿੰਘ, ਜਸਕਰਨ ਸਿੰਘ, ਬਲਤੇਜ ਸਿੰਘ ਬਹੁਤ ਲੜਕੇ ਜਿਹੜੇ ਬਾਕੀ ਸਟੇਟ ਡਿਸਟ੍ਰਿਕਟ ਅਨਗਿਣਤ ਬੱਚੇ ਖੇਡ ਚੁੱਕੇ ਹਨ। ਹਾਂਜੀ, ਮੇਰਾ ਨਾਮ ਸਿਮੀ ਸਿੰਘ ਹੈ ਅਤੇ ਮੈਂ ਆਇਰਲੈਂਡ ਟੀਮ ਦਾ ਮੈਂਬਰ ਹਾਂ। ਮੈਂ ਪਿਛਲੇ ਸਾਲ ਆਪਣਾ ਡੈਬਿਊ ਕੀਤਾ ਸੀ ਨਿਊਜ਼ੀਲੈਂਡ ਦੇ ਨਾਲ ਅਤੇ ਮੈਂ ਇੰਡੀਆ ਆਇਆ ਹੁਣ 2-3 ਮਹੀਨੇ ਲਈ ਸੁਖਵਿੰਦਰ ਸਰ, ਟਿੰਕੂ ਸਰ ਕੋਲ ਆਪਣੀ ਪ੍ਰੈਕਟਿਸ ਕਰਨ ਲਈ ਅਤੇ ਇੱਥੇ ਆ ਕੇ ਬਹੁਤ ਵਧੀਆ ਲੱਗਿਆ, ਫੈਸਿਲਿਟੀਜ਼ ਦੇਖ ਕੇ ਅਤੇ ਬੱਚਿਆਂ ਦਾ ਉਤਸ਼ਾਹ ਦੇਖ ਕੇ ਅਤੇ ਸਾਰਾ ਕੁਛ ਇੱਥੇ ਅਵੇਲੇਬਲ ਹੈ, ਬੋਲਿੰਗ ਮਸ਼ੀਨਸ, ਗਰਾਸ ਵਿਕਟ, ਸਾਰਾ ਕੁਛ, ਤਾਂ ਮੈਂ ਸਹੀ ਫੈਸਲਾ ਕੀਤਾ ਆ ਕੇ ਅਤੇ ਸਰ ਨੂੰ ਮਿਲ ਕੇ ਵੀ ਇੰਨੇ ਸਾਲਾਂ ਬਾਅਦ ਬਹੁਤ ਵਧੀਆ ਲੱਗਿਆ ਅੱਜ ਅਤੇ ਪ੍ਰੈਕਟਿਸ ਚੱਲ ਰਹੀ ਹੈ ਵਧੀਆ। ਕਿੰਨੀ ਦੇਰ ਹੋ ਗਈ ਤੁਹਾਨੂੰ ਕ੍ਰਿਕਟ ਖੇਡਦੇ? ਕ੍ਰਿਕਟ ਦੇਖੋ ਜੀ, ਮੈਂ ਜਦੋਂ ਦਾ ਛੋਟਾ ਜਿਹਾ ਹੀ ਸੀ ਉਦੋਂ ਤੋਂ ਸਟਾਰਟ ਕੀਤੀ ਸੀ, ਪਰ ਮੈਨੂੰ ਯਾਦ ਆ 99 ਜਦੋਂ ਵਰਲਡ ਕੱਪ ਸ਼ੁਰੂ ਹੋਇਆ ਸੀਗਾ ਸਮਰ 'ਚ ਉਦੋਂ ਸਟਾਰਟ ਕੀਤੀ ਸੀ, ਉਦੋਂ MCA ਅਕੈਡਮੀ ਸਰ ਉਦੋਂ ਸਟਾਰਟ ਕੀਤੀ ਸੀ, ਪਹਿਲੇ ਦਿਨ ਤੋਂ ਹੀ
ਉਦੋਂ ਮੇਰੀ ਏਜ 10 11 ਸਾਲ ਦੀ ਹੋਣੀ ਆ ਤਾਂ ਉਦੋਂ ਤੋਂ ਸਟਾਰਟ ਕਰਤਾ ਸੀਗਾ ਖੇਡ ਇੰਡੀਆ ਟੀਮ 'ਚ ਵੀ ਖੇਡੇ ਇੰਡੀਆ 'ਚ ਹਾਂਜੀ ਮੈਂ ਆਪਣਾ ਪੰਜਾਬ ਲੈਵਲ 'ਤੇ ਖੇਡਿਆ ਪੰਜਾਬ ਨੂੰ ਰੀਪ੍ਰਜੈਂਟ ਕੀਤਾ ਅਤੇ ਹੋਰ ਵੀ ਟੂਰਨਾਮੈਂਟ ਖੇਡੇ ਜੇ ਪੀ ਅਤਰੇ ਬੁੱਚੀ ਬਾਹੂ ਅਤੇ ਉਸ ਤੋਂ ਬਾਅਦ ਫਿਰ ਮੈਂ ਜਦੋਂ ਦੇਖਿਆ ਕਿ ਇੱਥੇ ਇੰਡੀਆ ਖੇਡਣ ਦਾ ਸੀਨ ਮੁਸ਼ਕਿਲ ਆ ਤਾਂ ਉਸ ਤੋਂ ਬਾਅਦ ਮੈਂ ਫਿਰ ਬਾਹਰ ਚਲ ਗਿਆ ਸੀ ਅੱਜ ਕੱਲ੍ਹ ਦੀ ਜਿਹੜੀ ਜਨਰੇਸ਼ਨ ਤੁਸੀਂ ਕ੍ਰਿਕਟ ਦੇ ਵਿੱਚ ਆ ਰਹੀ ਤੁਸੀਂ ਉਹਨਾਂ ਨੂੰ ਕੀ ਮੈਸੇਜ ਦੇਵੋਗੇ ਮੈਸੇਜ ਮੈਂ ਇਹੀ ਦੇਵਾਂਗਾ ਕਿ ਫੀਲਡ ਬਹੁਤ ਵਧੀਆ ਕ੍ਰਿਕਟ ਦੀ ਅਤੇ ਪੇਸ਼ੈਂਸ ਆਪਣੀ ਰੱਖੋ ਅਤੇ ਇਸ 'ਚ ਓਪਰਚੁਨਿਟੀਜ਼ ਬਹੁਤ ਜ਼ਿਆਦਾ ਬਾਕੀ ਕਰੀਅਰ ਤੁਸੀਂ ਵਧੀਆ ਬਣਾ ਸਕਦੇ ਹੋ ਪਰ ਜੇ ਤੁਸੀਂ ਥੋੜ੍ਹੇ ਜਿਹੇ ਫੇਲੀਅਰ ਦੇਖ ਕੇ ਉਮੀਦ ਛੱਡ ਗਏ ਜਲਦੀ ਕੁਇਟ ਕਰਤਾ ਫਿਰ ਮੁਸ਼ਕਿਲ ਆ ਪਰ ਜੇ ਤੁਸੀਂ ਲੱਗੇ ਰਹਿੰਦੇ ਹੋ ਫੋਰ ਲੌਂਗ ਪੀਰੀਅਡ ਆਫ ਟਾਈਮ ਤਾਂ ਕੁਛ ਨਾ ਕੁਛ ਜ਼ਰੂਰ ਬਣ ਜਾਂਦਾ ਸਾਡੇ ਟੈਲੈਂਟ ਹੈਗਾ ਟਿੰਕੂ ਸਰ ਨਾਲ ਤੁਸੀਂ ਕਿੰਨੀ ਕਰਤ ਜੁੜੇ ਹੋਏ ਟਿੰਕੂ ਸਰ ਨਾਲ ਜਦੋਂ ਦਾ ਮੈਂ ਤੁਹਾਨੂੰ ਦੱਸਿਆ ਕਿ 10-11 ਸਾਲ ਦਾ ਸੀਗਾ ਅਕੈਡਮੀ 'ਚ ਉਦੋਂ ਤੋਂ ਹੀ ਸਰ ਤੋਂ ਕੋਚਿੰਗ ਲਿੱਤੀ ਹੈ ਅਤੇ ਵਿੱਚ ਨੂੰ ਥੋੜ੍ਹਾ ਸਾਡਾ ਲਿੰਕ ਟੁੱਟ ਗਿਆ ਸੀਗਾ ਜਦੋਂ ਮੈਂ ਬਾਹਰ ਗਿਆ ਤਾਂ ਮੈਨੂੰ ਉੱਥੇ ਵੀ 13-14 ਸਾਲ ਹੋ ਗਏ ਗਏ ਨੂੰ ਤਾਂ ਫਿਰ ਹੁਣ ਦੁਬਾਰਾ ਇਨ ਟੱਚ ਹੋਇਆ ਸਰ ਨਾਲ ਤਾਂ ਹੁਣ ਦੁਬਾਰਾ ਗੱਲਬਾਤ ਇਸ ਤੋਂ ਬਾਅਦ ਮੈਂ ਫੋਨ 'ਤੇ ਗੱਲ ਕੀਤੀ ਮੈਚ ਖਤਮ ਹੋਣ ਤੋਂ ਬਾਅਦ ਕਿ ਸਿੰਮੀ ਜਿਹੜਾ ਤੇਰਾ ਬੈਟਿੰਗ ਦੇ ਵਿੱਚ ਇਹ ਪੋਜੀਸ਼ਨਸ ਬਣ ਰਹੀਆਂ ਇਹ ਗਲਤ ਹੈਗੀਆਂ ਜਿਸ ਕਰਕੇ ਤੈਨੂੰ ਬੈਟਿੰਗ ਕਰਨ 'ਚ ਪ੍ਰੋਬਲਮ ਆਏਗੀ ਔਰ ਇਹਨੇ ਮੈਨੂੰ ਕਿਹਾ ਕਿ ਸਰ ਮੈਂ ਵੀ ਇਹ ਸੇਮ ਫੀਲ ਕਰ ਰਿਹਾ ਕਿ ਮੈਨੂੰ ਇਹ ਚੀਜ਼ਾਂ ਪ੍ਰੋਬਲਮ ਆ ਰਹੀਆਂ ਮੈਨੂੰ ਐਗਜੈਕਟ ਹਜੇ ਤੱਕ ਨਹੀਂ ਕਿਸੇ ਨੇ ਇਹ ਚੀਜ਼ ਨੂੰ ਮੇਰੇ ਪਕੜਿਆ ਫਿਰ ਮੈਂ ਇਹਦੇ ਨਾਲ ਡਿਸਕਸ ਕਰਦਾ ਰਿਹਾ ਫਿਰ ਇਹਨੇ ਮੈਨੂੰ ਕਿਹਾ ਮੇਰੇ ਕੁਛ ਟਾਈਮ ਹੈਗਾ ਜਾਂ ਮੈਂ ਆਸਟ੍ਰੇਲੀਆ ਜਾਵਾਂਗਾ ਮੇਰੇ ਕੁਛ ਮੈਚਿਸ ਹੈਗੇ ਜਾਂ ਮੈਂ ਤੁਹਾਡੇ ਕੋਲ ਟ੍ਰੇਨਿੰਗ ਲਿਆ ਹਾਂ ਫਿਰ ਇਹਨੇ ਡਿਸੀਜ਼ਨ ਲਿਆ ਕਿ ਮੈਂ ਇੰਡੀਆ ਆਉਣਾ ਚਾਹੁੰਦਾ ਮੈਂ ਤੁਹਾਡੇ ਕੋਲ ਟ੍ਰੇਨਿੰਗ ਲੈਣਾ ਚਾਹੁੰਦਾ ਔਰ ਹਜੇ ਮੇਰਾ 10-15 ਦਿਨ ਹੋਏ ਆਏ ਨੂੰ ਔਰ ਇਸ ਇੰਪਰੂਵਮੈਂਟ ਆ ਬਾਕੀ ਸਿੰਮੀ ਦੱਸਿਆ ਸਿੰਮੀ ਐਕਚੁਲੀ ਮੇਰੇ ਪਾਸ ਮੇਰਾ ਖਿਆਲ 8-9 ਸਾਲ ਕਾ ਥਾ ਤੋ ਤਬ ਸੇ ਆ ਰਿਹਾ ਮੇਰੇ 7-8 ਸਾਲ ਮੇਰੇ ਪਾਸ ਖੇਲਾ ਹੈ ਔਰ ਇਸਨੇ ਕਾਫੀ ਅੱਛਾ ਖੇਲਤਾ ਥਾ ਕਾਫੀ ਇੰਪਰੂਵਮੈਂਟ ਦਿਖਾਈ ਇਸਨੇ ਮੋਹਾਲੀ ਕੀ ਤਰਫ ਸੇ ਖੇਲਾ ਡਿਸਟ੍ਰਿਕਟ ਔਰ ਸਟੇਟ ਵੀ ਖੇਲਾ ਪੰਜਾਬ ਕੀ ਤਰਫ ਸੇ ਤੋ ਇਸਕੋ ਜੈਸੇ ਇਸਨੇ ਕੁਛ ਪਰਫਾਰਮ ਕੀਆ ਇਸਕੋ ਅਗੇ ਨਹੀਂ ਮੌਕਾ ਮਿਲਾ ਤੋ ਥੋੜ੍ਹਾ ਇਹ ਡਿਸਆਰਟ ਹੋ ਗਿਆ ਤੋ ਫਿਰ ਇਹ ਫਰਦਰ ਸਟੱਡੀ ਕੇ ਲਈ ਆਇਰਲੈਂਡ ਚਲਾ ਗਿਆ ਤੋ ਆਇਰਲੈਂਡ ਜਾ ਕੇ ਇਸਨੇ ਵਹਾਂ ਪੇ ਸਾਥ ਮੇ ਕ੍ਰਿਕਟ ਸ਼ੁਰੂ ਰੱਖੀ ਵਹਾਂ ਪੇ ਖੇਲਤਾ ਰਹਾ ਤੋ ਵਹਾਂ ਪੇ ਇਸਕੀ ਕਾਫੀ ਅੱਛੀ ਪਰਫਾਰਮੈਂਸ ਆਈ ਤੋ ਪਰਫਾਰਮੈਂਸ ਜੈਸੇ ਆਤੀ ਰਹੀ ਉਨਕੋ ਆਇਰਲੈਂਡ ਮੇ ਇਸਕੋ ਟੀਮ ਮੇ ਜਗ੍ਹਾ ਮਿਲੀ ਟਾਈਮ ਆਨੇ ਪੇ ਤੋ ਮੈਂ ਇਹ ਚਾਹਤਾ ਹੂੰ ਬੱਚੋਂ ਕੋ ਹਮਾਰੇ ਜੋ ਟ੍ਰਾਈ ਸਿਟੀ ਕੇ ਔਰ ਪੰਜਾਬ ਕੇ ਇੰਡੀਆ ਕੇ ਬੱਚੇ ਉਨਕੋ ਇਹ ਕਹਿਣਾ ਚਾਹਤਾ ਹੂੰ ਕਿ ਇਸ ਗੇਮ ਕੋ ਅਗਰ ਆਪ ਸ਼ੁਰੂ ਕਰ ਤੋ ਇਸਕੋ ਛੋੜੋ ਨਹੀਂ ਅਗਰ ਆਪ ਕਿਸੀ ਵੀ ਕਾਮ ਕੇ ਪਿੱਛੇ ਲਗੇ ਹੋ ਤੋ ਉਸਕੋ ਕਰਤੇ ਰਹੋ ਉਹ ਉਸਕਾ ਕੋਈ ਟਾਈਮ ਪੀਰੀਅਡ ਨਹੀਂ ਹੈ ਕਿ 2 ਸਾਲ ਕਰੋ ਜਾਂ 3 ਸਾਲ ਕਰੋ ਜੋ ਕਾਮ ਵੀ ਆਪ ਕਰ ਰਹੇ ਜਬ ਤੱਕ ਆਪ ਉਸਮੇ ਸਕਸੈਸਫੁਲ ਨਹੀਂ ਹੋਤੇ ਉਸਕੇ ਪਿੱਛੇ ਲਗੇ ਰਹੋ ਔਰ ਮੈਂ ਆਜ ਬੜਾ ਖੁਸ਼ ਹੂੰ ਕਿ ਸਿੰਮੀ ਉਸਕੇ ਪਿੱਛੇ ਲਗਾ ਰਹਾ ਔਰ ਅੱਜ ਸੇ ਆਪ ਮਤਲਬ ਕਿ ਟਿੰਕੂ ਸਰ ਨੇ ਬਹੁਤ ਕੁਝ ਕਹਿ ਦਿਆ ਆਪਕੇ ਬਾਰੇ ਮੈਂ ਮਤਲਬ ਸ਼ੁਰੂ ਸੇ ਆਪ ਮਤਲਬ ਬੜਾ ਹਾਰਡ ਵਰਕ ਕਰ ਰਹੇ ਹੋ ਤੋ ਥੋੜਾ ਸਾ ਬਤਾਈਏ ਕੈਸਾ ਆਪ ਕਿਆ ਫਿਊਚਰ ਹੈ ਆਪਕਾ ਹਾਂਜੀ ਮੈਂ ਥੋੜਾ ਸਾ ਸ਼ੁਰੂ ਸੇ ਸਟਾਰਟ ਕਰਦਾ ਹਾਂ ਫਿਊਚਰ ਕਿ ਜੈਸੇ ਸ਼ੁਰੂ ਮੇਰਾ ਜੋ ਹੁਆ ਸਫਰ ਕ੍ਰਿਕਟ ਕਾ ਤੋ 99 ਈਅਰ ਥਾ ਮੁਝੇ ਯਾਦ ਹੈ ਤਬ ਐਮ ਸੀ ਐਮ ਅਕੈਡਮੀ ਸ਼ੁਰੂ ਹੋਈ ਸੀ ਤਬ ਮੇਰੀ ਸਰ ਸੇ ਮੁਲਾਕਾਤ ਹੋਈ ਔਰ ਪਹਿਲੇ ਦਿਨ ਸੇ ਹੀ ਮੈਂ ਔਰ ਕੁਛ ਜੋ ਪੁਰਾਣੇ ਲੜਕੇ ਹੈ ਉਹ ਸਰ ਕੇ ਪਾਸ ਸਟਾਰਟ ਕੀਆ ਖੇਲਣਾ ਤੋ ਪਹਿਲੇ 3-4 ਸਾਲ ਤੋਂ ਜੈਸੇ ਟੈਕਨੀਕ ਸੀਖੀ ਬੇਸਿਕਸ ਔਰ ਵਰਲਡ ਮੈਂ ਕਹੀਂ ਨਹੀਂ ਇਤਨੀ ਆਪਕੋ ਬੈਟਿੰਗ ਪੇ ਫੋਕਸ ਕਰਤੇ ਟੈਕਨੀਕ ਸਿਖਾਤੇ ਜਿਤਨੀ ਇੰਡੀਆ ਮੇਂ ਔਰ ਸਪੈਸ਼ਲੀ ਜੈਸੇ ਸਰ ਕੇ ਪਾਸ ਸਿੱਖੀ ਹਮਨੇ ਅਭੀ ਆਪ ਜੋ ਇੰਡੀਅਨ ਬੈਟਸਮੈਨ ਆ ਅੱਜ ਵਰਲਡ ਮੇਂ ਬੈਸਟ ਪਲੇਅਰਸ ਆ ਤੋ ਵਹਾਂ ਸੇ ਸ਼ੁਰੂਆਤ ਹੋਈ ਫਿਰ ਕਾਫੀ ਮਿਹਨਤ ਕੀ ਮੈਚਿਸ ਖੇਲੇ ਸਭ ਕੁਛ ਕੀਆ ਯਹਾਂ ਪੇ ਫਿਰ ਜੈਸੇ ਸਰ ਨੇ ਬਤਾਇਆ ਕਿ ਯਹਾਂ ਪੇ ਬਾਤ ਮਤਲਬ ਆਗੇ ਫਿਊਚਰ ਨਹੀਂ ਬਣ ਰਹਾ ਤੋ ਵਹੀਂ ਸੇ ਡਿਸੀਜ਼ਨ ਆਇਆ ਆਇਰਲੈਂਡ ਜਾਣੇ ਕਾ ਔਰ ਫਿਰ ਸਫ਼ਰ ਕਾਫੀ ਲੰਬਾ ਥਾ ਵਹਾਂ ਪੇ ਵੀ ਕਾਫੀ ਡਿਫੀਕਲਟੀਜ਼ ਆਈ ਕਾਫੀ ਚੈਲੇਂਜਸ ਫੇਸ ਕੀਏ ਕਿਉਂਕਿ ਕ੍ਰਿਕਟ ਕੇ ਸਾਥ ਸਾਥ ਆਪਕੋ ਵਹਾਂ ਪੇ ਕਾਮ ਵੀ ਕਰਨਾ ਹੈ ਆਪਣਾ ਖਾਣਾ ਪੀਣਾ ਸਭ ਕੁਛ ਖੁਦ ਹੀ ਦੇਖਣਾ ਸਾਰੇ ਡਿਸੀਜ਼ਨ ਛੋਟੇ ਛੋਟੇ ਔਰ ਬੜੇ ਸੇ ਬੜੇ ਤੋ ਕਾਫੀ ਲੰਬਾ ਹੋ ਗਿਆ ਸਫ਼ਰ ਔਰ ਲਾਸਟ ਈਅਰ ਹੀ ਮੈਂ ਮੁਝੇ ਕੈਬ ਮਿਲੀ ਹੈ ਆਇਰਿਸ਼ ਕੈਬ ਆਪਣੀ ਫੁੱਲ ਇੰਟਰਨੈਸ਼ਨਲ 30 ਸਾਲ ਕੀ ਉਮਰ ਮੈਂ ਦੇਖ ਲਓ 8-9 ਸਾਲ ਕੀ ਉਮਰ ਮੈਂ ਸਟਾਰਟ ਕੀਆ ਤੋ 20-21 ਸਾਲ ਲੱਗੇ ਇਸ ਉਹ ਦਿਨ ਦੇਖਣੇ ਕੇ ਲੀਏ ਪਰ ਜੈਸੇ ਸਰ ਨੇ ਕਿਹਾ ਕਿ ਹਾਰਡ ਵਰਕ ਔਲਵੇਜ਼ ਪੇਜ਼ ਆਫ ਤੋ ਅਗਰ ਆਪ ਕਰਤੇ ਰਹਤੇ ਹੋ ਲੰਬੇ ਟਾਈਮ ਤੱਕ ਇਹ ਨਹੀਂ ਕਿ 1 ਮਹੀਨਾ ਕਰ ਲਈਏ 2 ਮਹੀਨਾ ਆਪਕੋ ਲਗੇ ਰਹਿਣਾ ਪੜਤਾ ਉਸ ਚੀਜ਼ ਮੇਂ ਤੋ ਉਸਕਾ ਮੁਝੇ ਰਿਵਾਰਡ ਡੈਫੀਨੇਟਲੀ ਮਿਲਾ ਔਰ ਮੈਂ ਆਇਆ ਵੀ ਇਸ ਲਈ ਸਰ ਕੇ ਸਾਥ ਜੈਸੇ ਉਹਨਾਂ ਨੇ ਬਤਾਇਆ ਬਾਤ ਕਰਕੇ ਕਿ ਮੈਂ ਆਬਾਦ ਹੋ ਗਿਆ ਹੂੰ ਇਸ ਲੈਵਲ ਪੇ ਪਰ ਇਸ ਲੈਵਲ ਪੇ ਸਕਸੈਸਫੁਲ ਹੋਣਾ ਉਹ ਬਿਲਕੁਲ ਹੀ ਅਲੱਗ ਚੀਜ਼ ਹੈ ਤੋ ਉਸਕੇ ਲਈ ਮਿਹਨਤ ਔਰ ਡਬਲ ਕਰਨੀ ਪੜੇਗੀ ਤਭੀ
हम कर भी रहे हैं तो अच्छे रिजल्ट आ गए ऑलरेडी 2-3 वीक्स में। जैसे भी सर ने भी नोट किया और आपने भी नोट किया कि आपको बैटिंग में कुछ प्रॉब्लम है, तकनीक में कुछ प्रॉब्लम, क्या आपको सर पर ही ऐसा क्यों लगा कि यार यहीं पर मुझे मतलब बढ़िया वो मिल सकता है स्पिनिंग का भी कैसे? तो असल में मैं इंडिया के साथ मैच खेल रहा था तो सर ने मेरे ख्याल से पहले ही मेरा मैच देखा हुआ टीवी पे, शायद पहले भी देखा, पर फिर सर ने मुझे कॉल की मैच के बाद ना, तो जो उन्होंने मुझे बातें बताई टेक्निकल, तो मेरा भी कहीं ना कहीं उस चीज़ों पे ध्यान था और एकदम कनेक्ट हो गया क्योंकि छोटे होते से इन्होंने सिखाया मुझे, तो वो बात मुझे क्लिक कर गई। फिर मैंने अपने जो हमारा इंटरनेशनल कोच है ग्रैम फोर्ड उससे बात की तो वो भी बड़ा खुश हुआ कि हाँ तो तू अपने जो चाइल्डहुड कोच है उनके पास ही जाओ और जो 2-3 महीने हैं यहाँ पे आके लगाओ। तो यहाँ पे आके मुझे काफ़ी अच्छा लगा, सेटअप देख के, बॉलिंग मशीन्स है, मतलब ऐसी कोई फैसिलिटी नहीं है यहाँ पे जो वहाँ पे है, सब कुछ है यहाँ पे, तो तभी ये डिसीजन लिया।